ਅਸਲਾਮ ਵਾਲੇਕਮ ਸਿਆਸੀ ਦੇ ਰਾਤੇ ਖੁਸ਼ ਆਮਦਿਦ ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਇਤੇ ਮਿਠਾ ਜੀ ਵਡੀਆਂ ਖਬਰਾਂ ਲੈ ਕੇ ਮੈਂ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਚੁੱਕਿਆ ਇਸ ਤੋਂ ਪਹਿਲੇ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ ਕਿ ਪ੍ਰਵੇਜ਼ ਲਈ ਜਿਹੜਾ ਗਵਾਚ ਗਿਆ ਸੀ ਤੇ ਗਵਾਚਣ ਤੋਂ ਬਾਅਦ ਹਜੇ ਵੀ ਗਵਾਚਾ ਹੈ ਤੇ ਮਨੁਸ ਲਈ ਜਿਹੜਾ ਉਸਪੇਨ ਦੇ ਵਿੱਚ ਹੈ ਅਸੀਂ ਉਹਨੂੰ ਕਹਿੰਦੇ ਹਾਂ ਕਿ ਆ ਜਾ ਯਾਰ ਵੱਡਾ ਬਲਬ ਵੀ ਲੈ ਆ ਤੇ ਲੈ ਕੇ ਆਪਣੇ ਅੱਬਾ ਲੱਬ ਲੈ ਉਹ ਲਾਹੌਰ ਦੇ ਵਿੱਚ ਇੱਕ ਜਗ੍ਹਾ ਅਸਕਰੀ 5 ਉਹਦੇ ਵਿੱਚ ਆਪਣੀ ਸੋਹਣੀ ਗਰਲਫ੍ਰੈਂਡ ਫਰਜ਼ਾਨਾ ਕੌਸਰ ਦੇ ਨਾਲ ਛੁਪਿਆ ਆਈ ਤੇ ਆ ਕੇ ਉਹਨੂੰ ਵੱਡੇ ਬਲਬ ਦੇ ਨਾਲ ਲੱਭ ਲਿਆ ਤੇ ਕਿਸੇ ਪਾਸੇ ਵੀ ਉਹਦੀ ਸੁਣੀ ਨਹੀਂ ਜਾ ਰਹੀ پرویز ਲਾਈ ਦੀ ਇਹ ਅੱਗੇ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ ਤੇ ਵੱਡੇ ਵੱਡੇ ਲੋਕ ਤਰੀਕੇ ਇਨਸਾਫ ਜਿਹੜੇ ਨੇ ਉਹ ਛੱਡ ਕੇ ਜਾ ਰਹੇ ਨੇ ਸ਼ਰੀ ਮਜ਼ਾਰੀ ਛੱਡ ਕੇ ਚਲੀ ਗਈ ਸ਼ਾਹ ਮਹਮੂਦ ਕੁਰੈਸੀ ਕੁਰੈਸ਼ੀ ਹੋਣ ਤੱਕ ਛੱਡ ਕੇ ਜਾ ਚੁੱਕਿਆ ਹੋਵੇਗਾ ਜਦੋਂ ਤੱਕ ਤੁਹਾਡੇ ਕੋਲ ਇਹ ਵੀਡੀਓ ਪਹੁੰਚਣੀ ਹੈ فیاض الحسن چوہان اسد عمر اور بھائی سارے تقریبا چھڑ گئے کوئی نہیں رہ گیا۔ میں ہی ਤੁਹਾਨੂੰ کہہ ਰਿਹਾ ਸੀ ਨਾ ਪਿਛਲੇ 6 ਮਹੀਨਿਆਂ ਤੋਂ ਭਾਈ ਕੋਈ ਨਾਮ ਲੈਵਾ ਨਹੀਂ ਰਹੇਗਾ। اور اللہ ਦੇ ਫਜ਼ਲੋ ਕਰਮ ਦੇ ਨਾਲ ਕੋਈ ਨਾਮ ਲੈਵਾ ਨਹੀਂ بچਿਆ اور 나ही बचना। ਤੇ ਫਿਰ ਮੈਂ ਇਥੇ ਕਮਾਦਾ। ਕਿ ਜਿਹੜੇ ਲੋਕ ਤੁਸੀਂ ਬਾਹਰ ਦੇ ਆ ਮੁਲਕਾਂ 'ਚ ਬੈਠੇ ਹੋ ਯੂਰਪ 'ਚ 사우디 ਅਰਬ 'ਚ ਦੁਬਈ 'ਚ ਜਿੱਥੇ-ਜਿੱਥੇ ਵੀ ਮਲੇਸ਼ੀਆ ਇਹਦਾ ਸਾਰ ਛੱਡਦੇ ਔਰ ਸੋਸ਼ਲ ਮੀਡੀਆ ਦੇ ਉੱਤੇ ਫੌਜ ਔਰ ਪਾਕਿਸਤਾਨ ਦੇ ਖਿਲਾਫ ਮੁਹਿੰਮ ਸਾਜ਼ੀ ਛੱਡ ਦਿਓ ਕਿਉਂਕਿ ਉਹਦਾ ਤੇ ਅੱਗੇ ਕੱਖ ਨਹੀਂ ਰਿਹਾ ਉਸ ਤੇ ਆਪਣੀ ਉਮਰ ਜਿਹੜੀ ਹੈ ਉਹ ਹੰਡਾ ਲਈ ਹੈ ਤੁਸੀਂ ਆਪਣੇ ਬਾਲ ਬੱਚੇ ਔਰ ਆਪਣੇ ਵਾਲਦਾਂ ਦੀ ਆਪਣਾ ਘਰ ਚਲਾ ਰਹੇ ਹੋ ਬਾਹਰ ਦੇ ਮੁਲਕਾਂ 'ਚ ਬਹਿ ਕੇ ਤੁਹਾਡੀ ਵਜ੍ਹਾ ਤੋਂ ਤੁਹਾਡੇ 2 4 6 8 8 10 ਜੀ ਮਹੀਨਾ ਕੱਢਦੇ ਨੇ ਤੁਹਾਡੀ ਮਿਹਨਤ ਮਜ਼ਦੂਰੀ ਦੇ ਨਾਲ ਇਸ ਵਾਸਤੇ ਆਪਣੇ ਬਾਲ ਬੱਚਿਆਂ ਆਪਣੇ ਮਾਪਿਓਲ ਆਪਣੇ ਖਾਨਦਾਨ ਨਾਲ ਧਿਆਨ ਦਿਓ ਤੇ ਐ ਸੋਸ਼ਲ ਮੀਡੀਆ ਤੇ ਜਿਹੜਾ ਤੁਸੀਂ ਫੌਜ ਔਰ ਪਾਕਿਸਤਾਨ ਦੇ ਖਿਲਾਫ ਮਹਿੰਮ ਚਲਾਉਂਦੇ ਹੋ ਯੂਥੀਓ ਜਿਹੜੇ ਬਾਹਰ ਬੈਠੇ ਉਹ ਛੱਡ ਦਿਓ ਔਰ ਆਪਣੇ ਵਤਨ ਦੇ ਨਾਲ ਹੋ ਜਾਓ ਆਪਣੀ ਫੌਜ ਦੇ ਨਾਲ ਖੜੇ ਹੋ ਜਾਓ ਇਹ ਮੈਂ ਪੈਗਾਮ ਇਸ ਤੋਂ ਦੇਣਾ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਇਹਦੇ ਇਹਦੇ ਨਤੀਜੇ ਕੀ ਨਿਕਲਦੇ ਨੇ ਪੰਜ ਖਸੂਸੀ ਅਦਾਲਤਾਂ ਕਾਇਮ ਹੋ ਚੁੱਕੀਆਂ ਨੇ ਔਰ ਤੜਾ ਤੜਾ ਕੇਸੇਜ਼ ਲੱਗ ਰਿਹਾ ਨੇ ਔਰ ਸਜ਼ਾਵਾਂ ਹੋ ਰਹੀਆਂ ਨੇ ਔਰ ਬਾਹਰ ਦੇ ਮੁਲਕ ਜਿਹੜੀਆਂ ਪਾਕਿਸਤਾਨ ਦੀਆਂ ਐਮਬੈਸੀਆਂ ਨੇ ਉਹਨਾਂ ਨੂੰ ਇਹ ਹੁਕਮ ਜਾਰੀ ਕੀਤਾ ਗਿਆ ਕਿ ਜਿਹੜੇ ਬਾਹਰ ਯੂਥ ਇਰ ਇੰਦੇ ਨੇ ਜਿਸ ਜਿਸ ਮੁਲਕ ਦੇ ਵਿੱਚ ਵੀ ਉਹ ਐਮਬੈਸੀ ਉਹਨਾਂ ਦਾ ਸਾਰਾ ਕੁਝ ਇਕੱਠਾ ਕਰਕੇ ਤੇ ਉਹ ਪਿਛਾਂ ਭੇਜਦੇ ਨੇ ਪਾ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਤੁਹਾਨੂੰ ਨਜ਼ਰ ਉਦੋਂ ਆਉਣਾ ਜਦੋਂ ਤੁਸੀਂ 에어ਪੋਰਟਸ ਜਾ ਕੇ ਉਤਰਨਾ ਤੇ ਉਹਨਾਂ ਕਹਿੰਣਾ ਜ਼ਰਾ ਸਾਈਡ ਤੇ ਹੋ ਜਾਓ ਤੇ ਉਸ ਤੋਂ ਬਾਅਦ ਫਿਰ ਤੁਹਾਡਾ ਨਹੀਂ ਪਤਾ ਲੱਗਣਾ ਵੀ ਤੁਸੀਂ ਕਿੱਥੇ ਆ ਤੇ ਇਸ ਵਾਸਤੇ ਇਨਸਾਨ ਦੇ ਪੁੱਤਰ ਬਣੋ ਔਰ ਆਪਣੀ ਫੌਜ ਔਰ ਹਕੂਮਤ ਔਰ ਰਿਆਸਤ ਦੇ ਨਾਲ ਖੜੇ ਹੋ ਜਾਓ ਆਪਣੀ ਧਰਤੀ ਮਿੱਟੀ ਦੇ ਨਾਲ ਖੜੇ ਹੋ ਜਾਓ ਨਿਆਜ਼ੀ ਨੂੰ ਛੱਡ ਦਿਓ ਉਹਨੇ ਆਪਣਾ ਹੰਡਾ ਲਿਆ ਸਾਰਾ ਕੁਝ ਉਹ ਤੁਹਾਨੂੰ ਇਸਤੇਮਾਲ ਕਰ ਰਿਹਾ ਇਸ ਵਾਸਤੇ ਉਹਨੂੰ ਛੱਡ ਦਿਓ ਖਬਰਾਂ ਜਿਹੜੀਆਂ ਮੈਂ ਲੈ ਕੇ ਆਇਆ ਬੰਦੀਾਲ ਔਰ ਸੱਸ ਦਾ ਮੂਤਰ ਨਿਕਲ ਗਿਆ ਬਚਣਾ ਮੁਸ਼ਕਲ ਬੰਦੀਾਲ ਦੀ ਸੱਸ ਗਾਣੇ ਗਾਂਦੀ ਸੀ ਕਿ ਅਸੀਂ ਸ਼ਿਹਾਬ ਸ਼ਰੀਫ ਨੂੰ ਹਟਾ ਦੇਣਾ ਹੈ ਅਸੀਂ ਆਰਮੀ ਚੀਫ ਨੂੰ ਵੀ ਹਟਾ ਦੇਣਾ ਹੈ ਅਸੀਂ ਫੌਜ ਖਤਮ ਕਰ ਦੇਣੀ ਹੈ ਅਸੀਂ ਮਾਰਸ਼ਲ ਲਾ ਲਵਾ ਦੇਣਾ ਹੈ ਅਸੀਂ ਪਤਾ ਨਹੀਂ ਕੀ ਕੀ ਕਰ ਦੇਣਾ ਕੁਝ ਐਸੇ ਜਰਨੈਲ ਹੈ ਜਿਹੜੇ ਮਾਰਸ਼ਲ ਲਾ ਲਾਣਾ ਚਾਹੁੰਦੇ ਨੇ ਇਹ ਸਾਰੀਆਂ ਗੱਲਾਂ ਤੁਸੀਂ ਸੁਣੀਆਂ ਨਾ ਬੰਦਿਆਲ ਦੀ ਸੱਸ ਦੀਆਂ ਮਾਜਬੀਨ ਦੀਆਂ ਤੇ ਜਾਂ ਇੱਕ ਕਮਿਸ਼ਨ ਬਣਿਆ ਤੇ ਬੰਦਿਆਲ ਔਰ ਸੱਸੂ ਦਾ ਮੂਤਰ ਨਿਕਲ ਗਿਆ ਜੇ ਤੇ ਗੱਲ ਕਰਨੇ ਅੱਗੇ ਆ ਜਾਓ ਵਜ਼ੀਰਿਆਲਾ ਪਖਤੂਨ ਹਾ ਮਹਿਮੂਦ ਖਾਨ ਵਾਦਾ ਮਾਫ ਗਵਾਹ ਬਣ ਗਿਆ ਵੱਡਾ ਵਾਦਾ ਮਾਹਗੂਆ ਇੰਨਾ ਵੱਡਾ ਵੱਡਾ ਵਾਦਾ ਮਾਹਗੂਆ ਸੀ ਤੁਹਾਡੇ ਅਸਲ ਲੱਭ ਕੇ ਆਂਦਾ ਇਹ ਤਾਂ ਗੱਲ ਕਰਨੇ ਆ ਅਗਲੀ ਖਬਰ ਤੇ ਆਜੋ ਜਮਸ਼ੇਦ ਚੀਮਾ ਔਰ ਮੁਸਰਰਤ ਚੀਮਾ ਤਰੀਕੇ ਇਨਸਾਫ ਛੱਡ ਗਏ ਜਮਸ਼ੇਦ ਚੀਮਾ ਆ ਲਾਹੌਰ ਵਾਲਾ ਬੁੱਢੜ ਜਮਸ਼ੇਦ ਚੀਮਾ ਔਰ ਉਹਦੀ ਉਹਦੇ ਤੋਂ 3 ਸਾਲ ਛੋਟੀ بیوی ਮੁਸਰਰਤ ਚੀਮਾ ਜਿਹੜੀ ਉਹਦੇ ਦਫ਼ਤਰ ਦੇ ਵਿੱਚ ਉਹਦੀ ਸੈਕਟਰੀ ਸੀ ਉਹ ਧੋਵੇ ਤਰੀਕੇ ਇਨਸਾਫ ਛੱਡ ਗਏ ਇਹਦੇ ਤੇ ਗੱਲ ਕਰਨੇ ਆ ਪਹਿਲੀ ਖਬਰ ਤੇ ਆਜੋ ਤੁਹਾਨੂੰ ਪਤਾ ਹੈ ਕਿ ਹਕੂਮਤ-ਏ-ਪਾਕਿਸਤਾਨ ਨੇ ਇੱਕ ਕਮਿਸ਼ਨ ਬਣਾਇਆ ਇਨਕੁਆਇਰੀ ਕਮਿਸ਼ਨ ਜਿਹਦੇ ਵਿੱਚ ਜਿੰਨੀਆਂ ਵੀ ਆਡੀਓ ਲਿਕਾਂ ਨੇ ਉਹਨਾਂ ਦੀ ਇਨਕੁਆਇਰੀ ਹੋਣੀ ਹੈ ਔਰ ਉਸ ਤੋਂ ਬਾਅਦ ਉਹਨਾਂ ਦਾ ਉਹ ਟੈਸਟ ਹੋਣਾ ਹੈ ਔਰ ਉਸ ਤੋਂ ਬਾਅਦ ਜੇ ਉਹ ਦਰੁਸਤ ਹੋਈਆਂ ਸਾਰੀਆਂ ਆਡੀਓ ਜਿਹੜੀਆਂ ਕਿ ਦਰੁਸਤ ਨੇ ਤੇ ਹਕੂਮਤ ਨੂੰ ਉਹ ਕਮਿਸ਼ਨ ਜਿਹੜਾ ਰਿਪੋਰਟ ਪੇਸ਼ ਕਰ ਦੇਗਾ ਜੀ ਆ ਬਿਲਕੁਲ ਠੀਕ ਨੇ ਤੇ ਤੁਸੀਂ ਇਹਦੇ ਤੇ ਜਿਹੜੀ ਵੀ ਕਾਰਵਾਈ ਕਰਨੀ ਉਹ ਕਰ ਸਕਦੇ ਹੋ ਹੁਣ ਜ਼ਿਆਦੀ ਗੱਲ ਇਸ ਕਮਿਸ਼ਨ ਦੇ ਵਿੱਚ ਜਿਹੜੀ ਸਭ ਤੋਂ ਪਹਿਲੀ ਆਡੀਓ ਸੀ ਉਹ ਮਹਿਜਬੀਨ ਦੀ ਨਿਕਲੀ ਸੀ ਤੇ ਮਹਿਜਬੀਨ ਕੌਣ ਹੈ ਬੰਦਿਆਲ ਦੀ ਸੱਸ ਔਰ ਜਿਹੜਾ ਕੋਰ ਕਮਾਂਡਰ ਲਾਹੌਰ ਸੀ ਉਹ ਯੂਥੀਆ ਸੁਲਮਾਨ ਗਣੀ ਉਹ ਕੌਣ ਸੀ ਬੰਦਿਆਲ ਦੀ ਬੀਬੀ ਤੇ ਉਹ ਕੌਰ ਕਮਾਂਡਰ ਲਾਹੌਰ ਜਿਹੜਾ ਸੀ ਸਲਮਾਨ ਗਣੀ ਉਹ ਆਪਸ ਦੇ ਵਿੱਚ ਗਹਿਰੇ ਰਿਸ਼ਤੇਦਾਰ ਨੇ ਯਾਨੀ ਕਿ ਇੱਕ ਦੂਜੇ ਦੇ ਨਾਲ ਰਿਸ਼ਤੇ ਕੀਤੇ ਨੇ ਯਾਨੀ ਕਿ ਬੰਦਿਆਲ ਦੀ ਬੀਬੀ ਦਾ ਭਰਾ ਜਿਹੜਾ ਅਮਜਦ ਨੂਨ ਹੈ ਉਹਦੇ ਮੁੰਡੇ ਦੀ ਜਾਂ ਉਹਦੀ ਕੁੜੀ ਦੀ ਸ਼ਾਦੀ ਜਿਹੜੀ ਹੈ ਉਹ ਉਸ ਕੌਰ ਕਮਾਂਡਰ ਲਾਹੌਰ ਜਿਹੜਾ ਯੂਥੀਆ ਸੀ ਉਹਦੇ ਘਾਰ ਹੋਣੀ ਏ ਅਗਲੇ ਮਹੀਨੇ ਦੂ ਚੌ ਛਾ ਚ ਐਸਟੈਂਪ ਤੇ ਉਹ ਜਿਹੜਾ ਕੋਰ ਕਮਾਂਡਰ ਸੀ ਸਲਮਾਨ ਗਣੀ ਯੁੱਥਿਆ ਮੁਲਕ ਦੁਸ਼ਮਣ ਉਹ ਤੇ ਆਪਣਾ ਫੌਜੀ ਅਦਾਲਤ ਦੇ ਵਿੱਚ ਕੋਰਟ ਮਾਰਸ਼ਲ ਪਿਆ ਪਹੁੰਚਦਾ ਨਾ ਤੇ ਉੱਥੇ ਮੇਰਾ ਨਹੀਂ ਅੰਦਾਜ਼ਾ ਉਹਦੀ ਜਾਨ ਛੁੱਟੇ ਤੇ ਜ਼ਹਰੀ ਗੱਲ ਇਹ ਉਸ ਸ਼ਾਦੀ ਦੇ ਵਿੱਚ ਤੇ ਹੁਣ ਸ਼ਿਰਕਤ ਹੋਣੀ ਨਾ ਕਰ ਸਕਦਾ ਇਹ ਗੁੱਸਾ ਬੰਦੇয়াল ਦੀ ਬੀਬੀ ਨੂੰ ਬੜਾ ਗੁੱਸਾ ਕਿ ਇਹ ਰੰਗ ਚ ਭੰਗ ਕੀ ਪੈ ਗੇ ਕੋਰ ਕਮਾਂਡਰ ਹਾਊਸ ਵੀ ਸਾਡਾ ਸੀ ਤੇ ਤੇ ਪੰਗਾ ਕਿਉਂ ਲਿਆ ਇਹ ਹੁਣ ਬੰਦਿਆਲ ਔਰ ਉਹਦੀ ਸਸਤਾ ਮੁੱਤਰ ਕਿਸ ਤਰ੍ਹਾਂ ਨਿਕਲਦਾ ਹੈ ਬਈ ਉਹ ਕਮਿਸ਼ਨ ਬਣ ਜਾਂਦਾ ਤੇ ਉਸ ਕਮਿਸ਼ਨ ਦੇ ਚੇਅਰਮੈਨ ਜਿਹੜੇ ਬਣੇ ਨੇ ਹੈੱਡ ਬਣੇ ਨੇ ਉਹ ਕਾਜ਼ੀ ਫਾਇਜ਼ ਇਸਾ ਸਾਹਿਬ ਔਰ ਉਹਨਾਂ ਨੇ ਉਹ ਨੋਟਿਸ ਜਿਹੜੇ ਨੇ ਜਾਰੀ ਕਰ ਦਿੱਤੇ ਨੇ ਤੇ ਪਹਿਲਾ ਨੋਟਿਸ ਜਿਹੜਾ ਬੰਦਿਆਲ ਦੀ ਸਸ ਨੂੰ ਗਿਆ ਕਿ ਹਾਂ ਜੀ ਸਾਸੂ ਮਾਂ ਆਜੋ ਔਰ ਆ ਕੇ ਦੱਸੋ ਕਿ ਐ ਤੁਸੀਂ ਤੁਹਾਡੀ ਆਡੀਓ ਹੈ ਇਹਦੇ ਵਿੱਚ ਤੁਸੀਂ ਪਾਕਿਸਤਾਨ ਖਤਮ ਕਰਨ ਦੀ ਗੱਲ ਕਰ ਰਹੇ ਹੋ ਫੌਜ ਖਤਮ ਕਰਨ ਦੀ ਗੱਲ ਕਰ ਰਹੇ ਹੋ ਮਾਰਸ਼ਲ ਲਾਣ ਦੀ ਗੱਲ ਕਰ ਰਹੇ ਹੋ ਸ਼ਬਾਸ਼ ਸ਼ਰੀਫ ਦੀ ਹਕੂਮਤ ਨੂੰ ਫਰਕ ਕਰਨ ਦੀ ਗੱਲ ਕਰ ਰਹੇ ਹੋ ਔਰ ਵਿੱਚ ਕਹਿ ਰਹੇ ਹੋ ਕਿ ਮੈਂ ਬੰਦੇ ਆਲ ਨੂੰ ਕਹਿ ਦਿੱਤਾ ਕਿ ਫਰਕ ਕਰ ਦੇ ਸ਼ਬਾਸ਼ ਸ਼ਰੀਫ ਨੂੰ ਹਕੂਮਤ ਖਤਮ ਕਰ ਦੇ ਅਦਾਲਤੀ ਮਾਰਸ਼ਲ ਲਾ ਦੇ ਅਸੀਂ ਖਾਨ ਦੇ ਨਾਲ ਖੜੇ ਆ ਅਸੀਂ ਕੋਈ ਪਾਕਿਸਤਾਨ ਨਾਲ ਸਾਡਾ ਤਲਕ ਨਹੀਂ ਆ ਜਾਓ ਜਰਾ ਤੇ ਸਾਸੂ ਜਦੋਂ ਆਏਗੀ ਤੇ ਜ਼ਹਿਰੀ ਗੱਲ ਹੈ ਸਾਸੂ ਦਾ ਰਾਹ ਦੇ ਵਿੱਚ ਹੀ ਮੁੱਤਰ ਨਿਕਲ ਜਾਏਗਾ ਗੱਡੀ ਦੇ ਵਿੱਚ ਹੀ ਸੁਰਕੀਆਂ ਜਿਹੜੀਆਂ ਨੇ ਉਹ ਇਹ 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 ਨਿਕਲ ਜਾਂਦੀਆਂ ਤੇ ਜਦੋਂ ਉਹ ਨਿਕਲੇਗਾ ਤੇ ਨਾਲ ਬੰਦਿਆਲ ਦਾ ਵੀ ਨਿਕਲ ਜਾਏਗਾ ਉਸੇ ਥਾਂ ਤੇ ਕਿ ਜਦੋਂ ਸੱਸ ਪੇਸ਼ ਹੋ ਗਈ ਤੇ ਸੱਸ ਨੇ ਗਵਾਹੀ ਦੇ ਦਿੱਤੀ ਕਿ ਮੈਂ ਤੇ ਬੰਦਿਆਲ ਨੇ ਕਿਹਾ ਸੀ ਕਿ ਮੈਂ ਖਤਮ ਕਰ ਦੇਣੀ ਹੈ ਹਕੂਮਤ ਨੇ ਤੇ ਤਾਂ ਕਿਹਾ ਸੀ ਆਪਣੀ ਯਾਰ ਸੱਜਣ ਸ਼ਰਾਬ ਪੀ ਕੇ ਸਾਹਬ ਲਾਲ ਬ 90 90 ਸਾਲ ਦੀ ਬੀਬੀ ਹੈ ਸ਼ਰਾਬਾਂ ਪਿੰਦੀਆਂ ਸ਼ਰਾਬਾਂ ਪੀ ਕੇ ਫਰਾਂਦੀ ਆ ਨਾ ਸ਼ਿਵਾਸ਼ ਸ਼ਰੀਫ ਦੀ ਹਕੂਮਤ ਖਤਮ ਕਰ ਦੇਣੀ ਹੈ ਮਾਰਸ਼ਲ ਲਾ ਲਾ ਦੇਣਾ ਅਦਾਲਤੀ ਇਹ ਕਰ ਦੇਣਾ ਹੈ ਉਹ ਕਰ ਦੇਣਾ ਹੈ ਆਰਮੀ ਚੀਫ ਨੇ ਵੀ ਖਤਮ ਕਰ ਦੇਣਾ ਤੇ ਫੌਜ ਵੀ ਖਤਮ ਕਰ ਦੇਣੀ ਹੈ ਤੇ ਮੁਲਕ ਵੀ ਖਤਮ ਕਰ ਦੇਣਾ ਇਹ 190 90 ਸਾਲ ਦੀਆਂ ਸ਼ਰਾਬ ਪੀ ਕੇ ਗੱਲਾਂ ਕਰਤੀਆਂ ਫਿਰ ਰਿਕਾਰਡ ਹੋ ਜਾਂਦੀਆਂ ਅੰਦਾਜ਼ਾ ਤੁਸੀਂ ਲਾਲ ਇਹ ਹੁਣ ਜਦੋਂ ਪੇਸ਼ ਹੋਈ ਕਿਤੇ ਨਾਲ ਬੰਦਿਆਲ ਦਾ ਵੀ ਮੋਟਰ ਜਿਹੜਾ ਉਹ ਨਿਕਲ ਚੁੱਕਿਆ ਤੇ ਇਹ ਸੱਸ ਦਾ ਵੀ ਨਿਕਲ ਚੁੱਕਿਆ ਜਿਸ ਤਰ੍ਹਾਂ ਮੈਂ ਕਹਿਣਾ ਕਿ ਜਾਣੇ ਕੋਈ ਨਹੀਂ ਪਾਏਗਾ ਇਹ ਸਾਰੇ ਫੜੇ ਜਾਣਗੇ ਠੀਕ ਹੈ ਨਾ ਹੌਸਲਾ ਰੱਖਿਆ ਕਰੋ ਅਸੀਂ ਚੜੇ ਆ ਨਾ ਪਿੱਛੇ ਇਹ ਸਭ ਫੜੇ ਜਾਣਗੇ ਕੋਈ ਨਹੀਂ ਜਾਣੇ ਪਾਇਆ ਤਰੀਕੇ ਇਨਸਾਫ ਦੇ ਵਿੱਚ ইমরান ਖਾਨ ਦਾ ਨਾਮ ਲੈਵਾ ਕੋਈ ਨਹੀਂ ਰਹਿ ਚੁਕਿਆ ਅਰੂੜੀ ਦੇ ਛਾਪਰਾਂ ਦੀ ਤਰ੍ਹਾਂ ਖਤਮ ਹੋ ਰਹੀ ਹੈ ਉੱਡ ਰਹੀ ਹੈ ਮਿੱਟੀ ਔਰ ਸਵਾਦ ਦੀ ਤਰ੍ਹਾਂ ਹੋ ਚੁਕੀ ਹੈ ਕਿਉਂ ਕਿਉਂਕਿ ਪਾਕਿਸਤਾਨ ਦੇ ਖਿਲਾਫ ਸੀ ਹੈ ਨਿਗਿਤਾ ਤੇ ਉਹ ਮਾਲਕ ਹੀ ਜਾਣਦਾ ਸੀ ਨਾ ਉਹ ਮਾਲਕ ਨੂੰ ਪਤਾ ਸੀ ਨਾ ਕਿ ਐ ਕੰਮ ਕਰਦਾ ਹੈ ਪਿਆ ਦੇ ਦੀ ਸਦਾ ਨੂੰ ਮਿਲਦੀ ਹੈ ਤੁਸੀਂ ਵੇਖੋ ਕਿ ਮੁਸਲਮ لیگ ਨੂਨ ਤੇ ਪਿਛਲੇ 4 ਸਾਲ ਕਿੰਨੀਆਂ ਮੁਸੀਬਤਾਂ ਆਈਆਂ ਸਾਰੀ ਦੀ ਸਾਰੀ ਲੀਡਰਸ਼ਿਪ ਜੈ ਲੈਂਚ ਸਾਰਾ ਕੁਝ ਇੱਕ ਬੰਦਾ ਵੀ ਟੁੱਟਾ ਇੱਕ ਵੋਟ ਵੀ ਟੁੱਟਾ ਨਹੀਂ ਕਿਉਂਕਿ ਲੋਕੀ ਸਮਝਦੇ ਸੀ ਕਿ ਇਹ ਬੰਦਾ ਸੱਚਾ ਔਰ ਸੱਚਾ ਅੱਜ ਤੁਹਾਡੇ ਸਾਹਮਣੇ ਸਾਰਾ ਕੁਝ ਸਮਝ ਆਇਆ ਔਰ ਸੁਰਖਰੂ ਹੋ ਰਿਹਾ ਔਰ ਇਹਦਾ ਵੇਖੋ ਤੁਸੀਂ ਹਰ ਸ਼ਖ ਖਤਮ ਹੋ ਰਹੀ ਠੀਕ ਹੈ ਜੀ ਤੇ ਇਹ ਅਗਲੀ ਖਬਰ ਤੇ ਆਜੋ ਵਜ਼ੀਰ ਅਲਾ ਪਖਤੂਨ ਖਾ ਮਹਿਮੂਦ ਖਾਨ ਵਾਦਾ ਮਾਫ ਗਵਾ ਬਣ ਗਿਆ ਮਹਿਮੂਦ ਖਾਨ ਉਹ ਬੰਦਾ ਸੀ ਜਿਹੜਾ ਆਖਰੀ ਦਿਨ ਤੱਕ ਕਹਿ ਰਿਹਾ ਸੀ ਕਿ ਮੈਂ ਨਾਲ ਖੜਾ ਹਾਂ ਮੈਂ ਇੰਜ ਕਰ ਦਿਆਂਗਾ ਮੈਂ ਉਹ ਕਰ ਦਿਆਂਗਾ ਉਹਨੂੰ ਜਦੋਂ ਸਾਈਆਂ ਫੜਿਆ ਤੇ ਫੜਨ ਤੋਂ ਬਾਅਦ ਉਹਨੇ ਕਿਹਾ ਜੀ ਮੈਂ ਫੜ ਮੈਨੂੰ ਬਾਅਦ ਚ ਲਿਆ ਜੇ ਪਹਿਲੋਂ ਇਹ ਚੀਜ਼ਾਂ ਮੇਰੇ ਕੋਲ ਲੈ ਲਓ ਉਹ ਕਹਿੰਦਾ ਕਿ ਕਿਸ ਤਰ੍ਹਾਂ ਇਹ ਰਿਕਾਰਡ ਜੇ ਇਹ ਫੋਨ ਕਾਲਾਂ ਜੇ ਇਹ ਸਾਰੇ ਮੈਸੇਜ ਜੇ ਕਿਸ ਤਰ੍ਹਾਂ ਹਰ ਮਹੀਨੇ ਮੈਨੂੰ ਕਹਿੰਦਾ ਸੀ ইমরান ਖਾਨ ਕੇ 2 ਅਰਬ ਰੁਪਈਆ ਤੂੰ ਪਹੁੰਚਾਣਾ ਬਨੀ ਗਾਲਾ ਜਾਂ ਜ਼ਮਾਨਪਾਰਕ ਚ 4 ਸਾਲ ਪੂਰੇ ਇਹਨੂੰ ਜ਼ਰਾ ਜ਼ਰਬ ਦਿਓ ਹਾਂ ਗੱਲ ਕਿੱਥੇ ਜਾਂਦੀ ਉਹ ਕਹਿੰਦਾ ইমরান ਖਾਨ ਪਖਤੂਨ ਹਾ ਦੇ ਵਿੱਚ ਤਾਲਬਾਨਾਂ ਦੇ ਨਾਲ ਮਿਲ ਕੇ ਸ਼ਾਹਰਯਾਰ ਅਫਰੀਦੀ ਅਲੀ আমিন ਗੰਡਾਪੋਰ ਇਹ ਮਨਸ਼ਾਦਾ ਕੰਮ ਕਰਦੇ ਸੀ ਔਰ ਮੇਰਾ ਮੇਰੀਆਂ ਗੱਡੀਆਂ ਇਥੋਂ ਦੀਆਂ ਤੇ ਸਾਰਾ ਪ੍ਰੋਟੋਕੋਲ ਇਸਤੇਮਾਲ ਹੁੰਦਾ ਸੀ ਉਹ ਕਹਿੰਦਾ 라ਵਲਪਿੰਡੀ ਔਰ اسلامਾਬਾਦ ਡਿਵੀਜ਼ਨ ਦੇ ਵਿੱਚ ਉਹ ਸਾਰਾ ਏਰੀਆ ਜਿਹੜੇ ਉਹਦੇ ਚ ਜਿੰਨੀ ਮਨਸ਼ੀਅਤ ਹੁੰਦੀ ਸੀ ਇਸ ਸਾਰੀ ਇਹ ਇਮਰਾਨ ਖਾਨ ਔਰ ਸ਼ਰੀਆ ਅਫਰੀਦੀ ਔਰ ਇਹ ਸਾਰੇ ਕਰਦੇ ਸੀ ਨਾ ਕਰੋਨਾ ਅਰਬਰ ਰੁਪਇਆ ਕਮਾਇਆ ਮੈਂ ਇਹ ਗੱਲਾਂ ਸਾਰੀਆਂ ਅੱਗੇ ਤੁਹਾਨੂੰ ਦੱਸ ਚੁੱਕਿਆ ਇਹ ਮਹਿਮੂਦ ਖਾਨ ਜਿਹੜਾ ਇਹ ਹੋਣ ਵਾਦਾ ਮਾਫ ਗਵਾਹ ਬਣ ਗਿਆ ਉਹਨੇ ਸਾਰੇ ਸਬੂਤ ਦੇ ਦਿੱਤੇ ਨੇ ਕਿ ਸਰ ਜੀ ਇਹ ਸਾਰਾ ਕੁਝ ਸਬੂਤ ਹੈ ਮੇਰਾ ਕੋਈ ਤਲਕ ਵਾਸਤਾ ਨਹੀਂ ਇਹ ਸਾਰਾ ਪੈਸਾ ਜਿਹੜਾ ਪਖਤੂਨ ਖਾਦਾ ਇਹ ਮੈਂ ਇੰਜ ਇੰਜ ਕਰਕੇ ਤੇ ਉੱਥੇ ਪਹੁੰਚਾਦਾ ਰਿਆ ਪਹਿਲੇ ਬਣੀ ਗੱਲਾਂ ਪਹੁੰਚਾਦਾ ਰਿਆ ਫਿਰ ਜ਼ਮਾਨ ਪਾਰਕ ਪਹੁੰਚਾਦਾ ਰਿਆ ਔਰ ਅੱਗੋਂ ਪੈਸਾ ਕਿੱਥੇ ਜਾਂਦਾ ਸੀ ਇਹ ਤੁਸੀਂ ਆਪ ਲੱਭ ਲਓ ਇਹ ਹਕੂਮਤ ਦਾ ਸਾਰਾ ਪੈਸਾ ਸਾਜੇ ਸਾਰਿਆਂ ਮਹਿਕਮਿਆਂ ਦਾ ਤੇ ਇਹ ਇੰਨੇ ਅਰਬ ਰੁਪਈਆ ਮੈਂ ਉੱਥੇ ਦੇ ਚੁੱਕੇ ਹਾਂ ਇਹ ਇੱਥੇ ਆ ਜ਼ਮੀਨਾਂ ਵੀ ਇਹਨਾਂ ਖਰੀਦੀਆਂ ਨੇ ਇਹ ਇੱਥੇ ਇੰਜ ਇਹ ਇੰਜ ਇਹ ਸਾਰਾ ਕੁਝ ਉਹਨੇ ਚੁੱਪ ਕਰਕੇ ਤੇ ਵੱਡਿਆਂ ਦੇ ਹੱਥ ਚ ਦੇ ਦਿੱਤਾ ਉਹਨੇ ਕਿਹਾ ਭਾਜੀ ਇਹ ਲਓ ਇਹ ਸਬੂਤ ਚ ਜਿੱਥੇ ਮਰਜ਼ੀ ਜਿਹੜੀ ਅਦਾਲਤ ਚ ਮੈਨੂੰ ਲੈ ਜਾਓ ਮੈਂ ਗਵਾਹੀ ਦੇਣ ਨੂੰ ਤਿਆਰ ਹਾਂ ਕਿ ਇੰਨੇ 100 ਕਰੋੜ ਰੁਪਈਆ ਇਸ ਮੇਰੇ ਕੋਲੋਂ ਲਿਆ ਚੌਂ ਸਾਲਾਂ ਦੇ ਵਿੱਚ ਔਰ ਫਿਰ ਨਾਲ ਧਮਕੀਆਂ ਵੀ ਲਾਂਦਾ ਸੀ ਉਹ ਸਾਰੇ ਮੈਸੇਜ ਹਰ ਸ਼ੈ ਮੌਜੂਦ ਹੈ ਤੇ ਇਹ ਬਹੁਤ ਵੱਡੀ ਜਿਹੜੀ ਹੈ ਨਾ ਇਹ ਖਬਰ ਅਸੀਂ ਤੁਹਾਨੂੰ ਦੇ ਰਹੇ ਹਾਂ ਕਿ ਮਹਿਮੂਦ ਖਾਨ ਵੱਡਾ ਗਵਾਹ ਜਿਹੜਾ ਉਹ ਬਣ ਗਿਆ ਅੱਗੇ ਆਜੋ ਜਮਸ਼ੀਦ ਚੀਮਾ ਔਰ ਮੁਸਰਰ ਚੀਮਾ ਮੁਸਰਰ ਚੀਮਾ ਜਿਹੜੀ ਇਹ ਇਮਰਾਨ ਖਾਨ ਦੀ ਪਿਛਲੇ 2-3 ਮਹੀਨਿਆਂ ਤੋਂ ਬਣ ਗਈ ਸੀ ਸੈਕਟਰੀ ਇਤਲਾਤ ਯਾਨੀ ਕਿ ਸਪੋਕ ਪਰਸਨ ਬਣ ਗਈ ਸੀ ਤੇ ਉਹਦੀ ਉਹ ਆਡੀਓ ਵੀ ਲੀਕ ਹੋ ਗਈ ਯਾਦ ਜੇ ਨਾ ਉਹ ਜਿਸ ਨੇ ਗ੍ਰਿਫਤਾਰ ਹੋਇਆ ਸੀ ਤੇ ਉਸ ਤੋਂ ਬਾਅਦ ਉਹ ਗ੍ਰਿਫਤਾਰ ਹੋ ਗਈ ਖੁਦ ਵੀ ਮੁਸਰਤ ਚੀਮਾ ਤੇ ਮੁਸਰਤ ਚੀਮਾ ਔਰ ਉਹਦਾ ਬੰਦਾ ਜਿਹੜਾ ਜਮਸ਼ੇਦ ਚੀਮਾ ਇਹਨਾਂ ਦੋਵਾਂ ਨੇ ਤਰੀਕੇ ਇਨਸਾਫ ਨੂੰ ਖੈਰ ਬਾਤ ਕਹਿ ਦਿੱਤਾ ਔਰ ਮੁਸਰਤ ਚੀਮਾ ਜਿਹੜੀ ਇਹਨੇ ਜੇਲ੍ਹ ਦੇ ਵਿੱਚ ਸਾਰੇ ਸਬੂਤ ਜਿਹੜੇ ਨੇ ਉਹ ਦੇ ਦਿੱਤੇ ਨੇ ਬੰਦਿਆਲ ਦੇ ਨਾਲ ਰਾਤੇ ਦੇ ਵਿੱਚ ਇਹ ਮੌਜੂਦ ਸੀ ਨਾ ਸਾਰੇ ਸਬੂਤ ਆਡੀਓ ਵੀਡੀਓ ਮੈਸੇਜ ਔਰ ਜਿਹੜੀ ਪਲੈਨਿੰਗ ਹੋਈ ਸੀ 9 ਮਈ ਵਾਲੀ ਹਮਲੇ ਦੀ ਸਾਰਾ ਕੁਝ ਜਿਹੜਾ ਨਾ ਉਹਨੇ ਜੇਲ ਦੇ ਵਿੱਚ ਮਿਠਿਆ ਨੂੰ ਦੇ ਦਿੱਤਾ ਔਰ ਉੱਥੇ ਫਿਰ ਐਲਾਨ ਕਰ ਦਿੱਤਾ ਕਿ ਅਸੀਂ ਤਰੀਕੇ ਇਨਸਾਫ ਛੱਡ ਰਹੇ ਹਾਂ ਬਹੁਤ ਵੱਡੀ ਖਬਰ ਹੈ ਕਿ ਸਾਰੇ ਰਾਬਤੇ ਔਰ ਸਾਰੀ ਪਲੈਨਿੰਗ 9 ਮਈ ਦੀ ਮੁਸਰਦ ਚੀਮਾ ਨੇ ਜੇਲ੍ਹ ਦੇ ਵਿੱਚ ਬੈ ਕੇ ਹਰ ਸ਼ੱਕ ਖੋਲ ਕੇ ਰੱਖ ਦਿੱਤੀ ਉਹਨੇ ਕਿਹਾ ਜੀ ਇਹ ਜੇ ਸਾਰਾ ਕੁਝ ਤੇ ਮੈਂ ਤਰੀਕ ਇਨਸਾਫ ਛੱਡਣ ਦਾ ਐਲਾਨ ਕਰਦੀ ਆ ਤੇ ਮੁਸਰਦ ਚੀਮਾ ਔਰ ਜਮਸ਼ੀਦ ਚੀਮਾ ਜਿਹੜਾ ਉਹ ਵੀ ਤਰੀਕ ਇਨਸਾਫ ਛੱਡ ਗਿਆ ਜੀ ਕਹਾਣੀ ਗਈ ਮੁਖ ਤੇ ਕਿਲਾ ਗਿਆ ਠੁਕ ਬਹੁਤ ਸ਼ੁਕਰੀਆ